ਤੇ ਹੁਣ ਕਿਸਾਨਾਂ ਦੇ ਲਈ ਇੱਕ ਚੰਗੀ ਖਬਰ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਕਿਸਾਨਾਂ ਦੀ ਬਦਹਾਲੀ ਦੂਰ ਕਰਨ ਦੇ ਲਈ ਵੱਡੇ ਪੱਧਰ ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਕਿਸਾਨਾਂ ਨੂੰ ਪਹਿਲਾਂ ਤੋਂ ਪਤਾ ਹੋਏਗਾ ਕਿ ਉਹਨਾਂ ਦੀ ਫਸਲ ਦੀ ਕੀਮਤ ਕਿੰਨੀ ਹੋਏਗੀ ਅਤੇ ਉਸ ਦਾ ਖਰੀਦਦਾਰ ਕੌਣ ਹੋਏਗਾ, ਯਾਨੀ ਕਿ ਬਗੈਰ ਵਿਚੌਲੀਆਂ ਦੇ ਐਸ਼ਿਓਰਡ ਬਾਜ਼ਾਰ ਤੇ ਕੀਮਤ। ਵੇਖੋ ਇਹ ਐਕਸਕਲੂਸਿਵ ਰਿਪੋਰਟ। ਕਿਸਾਨਾਂ ਦੇ ਚੰਗੇ ਦਿਨ ਲਿਆਉਣ ਦੇ ਲਈ ਮੋਦੀ ਸਰਕਾਰ ਨੇ ਇਕੱਠੇ ਕਈ ਮੋਰਚਿਆਂ ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਕਿਸਾਨਾਂ ਨੂੰ ਏਸ਼ਿਆਰਡ ਮਾਰਕੀਟ ਦੇਣ ਅਤੇ ਵਿਚੌਲੀਆਂ ਦੀ ਭੂਮਿਕਾ ਘੱਟ ਕਰਨ ਦੇ ਲਈ APMC ਐਕਟ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਤਾਂ ਕਿ ਕੰਟਰੈਕਟ ਫਾਰਮਿੰਗ ਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾ ਸਕੇ। ਸੂਤਰਾਂ ਦੇ ਮੁਤਾਬਕ ਨੀਤੀ ਕਮਿਸ਼ਨ ਦੇ ਵੱਲੋਂ ਇਸ ਦੀ ਪਹਿਲ ਕੀਤੀ ਜਾ ਰਹੀ ਹੈ। ਕੰਟਰੈਕਟ ਫਾਰਮਿੰਗ ਦੇ ਲਈ ਕਿਸਾਨ ਅਤੇ ਕੰਪਨੀਆਂ ਦੇ ਵਿਚਾਲੇ ਪਹਿਲਾਂ ਤੋਂ ਤੈਅ ਕੀਮਤ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਏਗਾ। ਇਸ ਦੇ ਲਈ ਲੋਕਲ ਪੱਧਰ ਉੱਤੇ ਡਿਸਪਿਊਟ ਰੈਡਰੈਸਲ ਕਮੇਟੀ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਇਸ ਕਮੇਟੀ ਵਿੱਚ ਕਿਸਾਨਾਂ ਦੇ ਆਗੂ, ਕੰਪਨੀਆਂ ਦੇ ਆਗੂ ਅਤੇ ਸੂਬਾ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਣਗੇ। ਨਾਲ ਹੀ ਨਵੇਂ ਐਕਟ ਵਿੱਚ ਮਾਰਕੀਟ ਦੇ ਹਾਲਾਤ ਦੇ ਮੁਤਾਬਕ ਤੈਅ ਕੀਮਤ ਨੂੰ 10% ਘਟਾਉਣ ਜਾਂ ਵਧਾਉਣ ਦੀ ਵੀ ਮਨਜ਼ੂਰੀ ਹੋਵੇਗੀ। ਇਹ ਕਿਸਾਨ ਅਤੇ ਕੰਪਨੀ ਦੋਨਾਂ ਦੇ ਲਈ ਹੋਏਗਾ। ਇਸ ਦੇ ਇਲਾਵਾ ਕਮਿਊਨਿਟੀਜ਼ ਦੇ ਇੰਟਰ ਸਟੇਟ ਟੈਕਸ ਨੂੰ ਯੂਨੀਫਾਰਮ ਬਣਾਉਂਦੇ ਹੋਏ 4% ਕਰਨ ਉੱਤੇ ਵੀ ਵਿਚਾਰ ਹੋ ਰਿਹਾ ਹੈ। ਫਿਲਹਾਲ ਵੱਖ ਵੱਖ ਸੂਬਿਆਂ ਵਿੱਚ ਇਹ ਦਰ 10 ਤੋਂ 15% ਤੱਕ ਹੈ। ਨਾਲ ਹੀ ਦੂਜਿਆਂ ਦੀ ਜ਼ਮੀਨ ਉੱਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਕੰਟਰੈਕਟ ਫਾਰਮਿੰਗ ਦੀ ਇਜਾਜ਼ਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਟਰੈਕਟ ਫਾਰਮਿੰਗ ਨੂੰ ਸੋਇਲ ਹੈਲਥ ਕਾਰਡ ਨਾਲ ਵੀ ਲਿੰਕ ਕਰਨ ਦੀ ਤਿਆਰੀ ਹੈ। ਯਾਨੀ ਕੁੱਲ ਮਿਲਾ ਕੇ ਸਰਕਾਰ ਕਿਸਾਨਾਂ ਦੇ ਲਈ ਅਜਿਹੀ ਵਿਵਸਥਾ ਦੀ ਤਿਆਰੀ ਵਿੱਚ ਹੈ ਜਿਸ ਵਿੱਚ ਕਿਸਾਨਾਂ ਨੂੰ ਪਹਿਲਾਂ ਤੋਂ ਪਤਾ ਹੋਏਗਾ ਕਿ ਉਸ ਨੂੰ ਫਸਲ ਦੇ ਬਦਲੇ ਕਿੰਨੀ ਕੀਮਤ ਮਿਲਣ ਵਾਲੀ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ।